ਤੁਸੀਂ ਬਹੁਤ ਚੰਗੇ ਹੋ। ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਤੁਹਾਡੇ ਨਕਸ਼ੇ ਕਦਮ ਤੇ ਚੱਲਾਂ ਤੇ ਤੁਹਾਡੇ ਵਰਗੀ ਬਣਾ। ਨਹੀਂ ਨਹੀਂ ਪੁੱਤਰ, ਮੈਂ ਤਾਂ ਇਹ ਚਾਹੁੰਦੀ ਹਾਂ ਕਿ ਤੂੰ ਆਪਣਾ ਸਫ਼ਰ ਆਪ ਚੁਣੇ ਤੇ ਤੈਨੂੰ ਉਹ ਹਰ ਇੱਕ ਮੰਜ਼ਿਲ ਮਿਲੇ ਜਿਹਦੀ ਤੂੰ ਹੱਕਦਾਰ ਹੈ। ਪਾਪਾ ਜੀ ਇੱਕ ਮਿੰਟ ਫੜਿਓ। ਲੈ ਪੁੱਤਰ ਆ ਕੁਝ ਪੈਸੇ ਰੱਖ, ਤੇਰੇ ਕੰਮ ਆਉਣਗੇ। ਲੈ ਪੁੱਤਰ। ਨਹੀਂ ਪੁੱਤਰ, ਧਿਆਨ ਨਾਲ ਜਾਵੀ ਤੇ ਪੁੱਤ ਖਿਆਲ ਰੱਖੀ, ਪਹਿਲਾਂ ਆਪਣਾ ਫੇਰ ਦੂਜੇ ਦੀ ਚਿੰਤਾ ਕਰੇ, ਸਮਝ ਗਈ ਨਾ ਪੁੱਤ? ਜੀ ਦਾਦਾ ਜੀ। ਮੰਮੀ ਤੁਸੀਂ ਤਾਂ ਮੈਨੂੰ ਕਹਿ ਦਿੱਤਾ ਕਿ ਮੈਂ ਆਪਣਾ ਸਫ਼ਰ ਆਪ ਚੁਣਾ, ਪਰ ਮੇਰੀ ਮੰਜ਼ਿਲ ਹੁਣ ਸਿਰਫ ਤੇ ਸਿਰਫ ਦੇਵਾਂਸ਼ ਜੀ ਦਾ ਘਰ ਹੈ। ਇਸ ਮੰਜ਼ਿਲ ਦਾ ਰਾਸਤਾ ਦੇਵਾਂਸ਼ ਜੀ ਦੇ ਘਰ ਦਾ ਪਤਾ ਕਿੱਥੋਂ ਲਵਾਂਗੀ? ਕੋਈ ਨੀ, ਮਾਂ ਨੈਣਾ ਦੇਵੀ ਹੈ ਨਾ ਤੇਰੀ ਮਦਦ ਵਾਸਤੇ, ਤੈਨੂੰ ਉਹੀ ਕੋਈ ਨਾ ਕੋਈ ਰਸਤਾ ਦਿਖਾਏਗੀ। ਹਾਂ, ਇੱਕ ਜਗ੍ਹਾ ਹੈ ਜਿੱਥੋਂ ਮੈਨੂੰ ਦੇਵਾਂਸ਼ ਦੇ ਘਰ ਦਾ ਰਸਤਾ ਮਿਲ ਸਕਦਾ ਹੈ। ਹਾਸਪਿਟਲ। ਤੈਨੂੰ ਹਾਸਪਿਟਲ ਹੀ ਜਾਣਾ ਚਾਹੀਦਾ। ਠੀਕ ਹੈ ਪੁੱਤ, ਜਾ। ਆ ਕੀ ਸੀ ਮੰਮਾ ਜੇ ਤੁਹਾਡਾ ਹੱਥ ਚੱਲ ਜਾਂਦਾ ਫੇਰ? ਮੰਮੀ ਜੀ ਤੁਸੀਂ ਹੋ ਗ੍ਰੇਟ ਤੇ ਮੈਂ ਹਾਂ ਥੋੜੀ ਜੀ ਲੇਟ। ਭਾਵੇਂ ਥੋੜੀ ਲੇਟ ਹੀ ਸਹੀ, ਪਰ ਮੈਨੂੰ ਵੀ ਤੁਹਾਡੀ ਮੈਜਿਕ ਟ੍ਰਿਕ ਪਤਾ ਚੱਲ ਗਈ ਆ। ਟ੍ਰਿਕ? ਕਿਹੜੀ ਟ੍ਰਿਕ ਦੀ ਗੱਲ ਕਰ ਰਹੀ ਹੈ ਤੂੰ? ਹੁਣ ਇਹ ਕੀ ਤਮਾਸ਼ਾ ਕਿੱਟੀ? ਓਹੋ, ਇਹ ਕੋਈ ਤਮਾਸ਼ਾ ਨਹੀਂ ਆ, ਇਹ ਹੈ ਆਬਰਾ ਕਾ ਡਾਬਰਾ। ਤੁਸੀਂ ਆਪਣਾ ਹੱਥ ਦਿਖਾਓ, ਦਿਖਾਓ ਨਾ। ਸਾੜਦੀਆਂ ਸੀ ਕਟਰੀਨਾ ਤੇ ਕਰੀਨਾ, ਹੁਣ ਮੇਰੇ ਤੋਂ ਸੜੇਗਾ ਕਪੂਰ। ਓਏ ਕੀ ਬਕਵਾਸ ਹੈ ਕਿੱਟੀ? ਓਹੋ ਕਰਨ ਦੋ ਨਾ, ਟੈਂਟਡ ਹੈ। ਇਹ ਕੀ ਕਰ ਰਹੀ ਹੈ ਕਿੱਟੀ ਤੂੰ, ਪਾਗਲ ਤਾਂ ਨਹੀਂ ਹੋ ਗਈ ਹੈ? ਓਹੋ ਮੰਮੀ ਜੀ, ਮੈਂ ਤਾਂ ਤੁਹਾਡੀ ਟ੍ਰਿਕ ਸਿਰਫ ਕਾਪੀ ਪੇਸਟ ਕਰ ਰਹੀ ਸੀ। ਦੇਖੋ ਕਪੂਰ ਵੀ ਜਲ ਗਿਆ ਤੇ ਹੱਥ ਵੀ ਨਹੀਂ ਸੜਿਆ, ਹੈ ਨਾ ਮੇਰਾ ਮੈਜਿਕ? ਮੰਮੀ ਜੀ ਦੀ ਪੋਲ ਤਾਂ ਹੁਣੇ ਖੁੱਲ ਜਾਣੀ ਹੈ। ਹੱਥ ਚ ਕਪੂਰ ਕਿੱਦਾਂ ਜਲਾਈਏ ਜਿਹਦੇ ਨਾਲ ਹੱਥ ਵੀ ਨਾ ਸੜੇ? ਓਹੋ ਤਾਂ ਇਹ ਹੈ ਮੰਮੀ ਜੀ ਦੀ ਜਾਦੂਗਰੀ। ਹੁਣੇ ਦੱਸਦੀ ਆ ਮੰਮੀ ਜੀ ਨੂੰ ਕਿ ਮੈਂ ਵੀ ਤੁਹਾਡੇ ਰਾਜ ਬਾਰੇ ਪਤਾ ਲਗਾ ਹੀ ਲਿਆ। ਇਹ ਸਭ ਕੀ ਹੋ ਰਿਹਾ ਇੱਥੇ? ਪਾਪਾ ਜੀ ਇਹ ਦੇਖੋ, ਕਪੂਰ ਤਾਂ ਜਲ ਰਿਹਾ ਲੇਕਿਨ ਮੇਰਾ ਹੱਥ ਨਹੀਂ ਸੜਿਆ। ਰਾਜਵੀਰ ਜੀ ਮੈਨੂੰ ਇੱਦਾਂ ਸ਼ੱਕ ਦੀਆਂ ਨਜ਼ਰਾਂ ਨਾਲ ਕਿਉਂ ਦੇਖ ਰਹੇ ਨੇ? ਕਿੱਟੀ ਇਹ ਕੀ ਬਚਪਨਾ ਹੈ, ਇੰਨਾ ਵੀ ਨਹੀਂ ਪਤਾ, ਅੱਗ ਨਾਲ ਨਹੀਂ ਖੇਡੀਦਾ। ਨਕੁਲ ਤੁਸੀਂ ਸਮਝਾ ਨਾ ਇਹਨੂੰ। ਕਿੱਟੀ ਪ੍ਰੋਮਿਸ ਮੀ, ਅੱਜ ਤੋਂ ਬਾਅਦ ਤੂੰ ਇਹੋ ਜਿਹੀ ਹਰਕਤ ਨਹੀਂ ਕਰੇਗੀ, ਖਾ ਕਸਮ। ਓਹੋ ਹੁਣ ਮੈਂ ਰੋਟੀ ਖਾ ਲਈ ਆ, ਹੁਣ ਮੇਰੇ ਤੋਂ ਕੁਝ ਹੋਰ ਨਹੀਂ ਖਾ ਹੋਣਾ। ਤੁਸੀਂ ਇੱਦਾਂ ਕਰੋ, ਕਸਮ ਪੈਕ ਕਰਵਾ ਲਓ, ਮੈਂ ਬਾਅਦ ਚ ਖਾ ਲੂੰਗੀ। ਦੇਖੋ ਮੈਡਮ, ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰ ਰਹੀ ਹਾਂ, ਮੈਨੂੰ ਦੇਵਾਂਸ਼ ਜੀ ਦਾ ਪਤਾ ਦੱਸ ਦਿਓ, ਮੇਰਾ ਉਹਨਾਂ ਦੇ ਕੋਲ ਜਾਣਾ ਬਹੁਤ ਜ਼ਰੂਰੀ ਹੈ। ਮੈਡਮ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਅਸੀਂ ਕਿਸੇ ਵੀ ਪੇਸ਼ੈਂਟ ਦੀ ਐਵੇਂ ਡਿਟੇਲ ਕਿਸੇ ਨੂੰ ਨਹੀਂ ਦੇ ਸਕਦੇ। ਹੁਣ ਕੀ ਕਰਾਂ? ਦੇਖੋ ਮੈਂ ਕੋਈ ਬਾਹਰ ਵਾਲੀ ਨੀ, ਮੈਂ ਉਹਨਾਂ ਦੀ ਘਰ ਵਾਲੀ ਹਾਂ। ਕਮਾਲ ਦੀ ਗੱਲ ਹੈ ਮੈਡਮ, ਜਿਹਦੇ ਨਾਲ ਤੁਹਾਡਾ ਵਿਆਹ ਹੋਇਆ ਤੁਹਾਨੂੰ ਉਹਨਾਂ ਦਾ ਹੀ ਨੀ ਪਤਾ।
ਵਿਆਹ ਕੋਈ ਸਬੂਤ ਹੈ ਤੁਹਾਡੇ ਕੋਲ? ਦਰਅਸਲ ਮੇਰਾ ਵਿਆਹ ਇਸੇ ਹਸਪੀਟਲ ਚ ਹੋਇਆ ਸੀ, ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ। ਦੇਖੋ ਮੈਮ, ਮੇਰਾ ਅੱਜ ਪਹਿਲਾ ਦਿਨ ਹੈ, ਇਸ ਕਰਕੇ ਮੇਰੇ ਤੋਂ ਪਹਿਲੇ ਇੱਥੇ ਕੀ ਹੋਇਆ ਸੀ ਤੇ ਕੀ ਨਹੀਂ ਉਹ ਮੈਂ ਨਹੀਂ ਜਾਣਦੀ, ਪਰ ਮੈਂ ਇੰਨਾ ਜ਼ਰੂਰ ਜਾਣਦੀ ਹਾਂ ਕਿ ਮੈਂ ਤੁਹਾਡੀ ਗੱਲਾਂ ਚ ਨਹੀਂ ਆਉਣ ਵਾਲੀ। ਇਹ ਜੋ ਕਹਿ ਰਹੇ ਨੇ ਸਹੀ ਕਹਿ ਰਹੇ ਨੇ, ਇਹ ਉਸ ਪੇਸ਼ੈਂਟ ਦੀ ਵਾਈਫ ਹੀ ਨੇ, ਇਹਨਾਂ ਨੂੰ ਐਡਰੈਸ ਦੇ ਦਿਓ। ਓਕੇ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਹੈਲੋ ਮੈਮ, ਮੈਂ ਆ ਰਹੀ ਹਾਂ ਦਿਵਾਂਸ਼ ਜੀ, ਮੈਂ ਤੁਹਾਨੂੰ ਕੁਛ ਨਹੀਂ ਹੋਣ ਦਿਆਂਗੀ, ਆ ਰਹੀ ਹਾਂ ਮੈਂ। ਕੁਛ ਨਹੀਂ ਹੋ ਸਕਦਾ, ਹੇ ਮਾਤਾ ਰਾਣੀ, ਮੇਰੇ ਪਹੁੰਚਣ ਤੱਕ ਤੁਸੀਂ ਉਹਨਾਂ ਦੀ ਰੱਖਿਆ ਕਰਿਓ। ਦਿਵਾਂਸ ਜੀ, ਮੈਂ ਆ ਰਹੀ ਹਾਂ ਤੁਹਾਡੇ ਕੋਲ। ਦਿਵਾਂਸ ਜੀ ਦੇ ਕੋਲ ਪਹੁੰਚਣ ਦਾ ਇਹ ਆਖਰੀ ਰਾਸਤਾ ਹੈ ਮੇਰੇ ਕੋਲ। ਇਹ ਪਰਚੀ ਆ ਜੋ ਮੈਨੂੰ ਮੇਰੀ ਮੰਜ਼ਿਲ ਤੇ ਪਹੁੰਚਾ ਸਕਦੀ ਹੈ, ਇਹਨੂੰ ਸਾਂਭ ਕੇ ਰੱਖਣਾ ਪੈਣਾ ਹੈ। ਬਸ ਸਟੈਂਡ ਚੱਲੋਗੇ? ਹਾਂਜੀ ਹਾਂਜੀ, ਬਸ ਚੜ੍ਹਨ ਆ ਜਾਓ, ਬੈਠੋ ਬੈਠੋ ਬੈਠੋ। ਭਾਜੀ ਕਿੰਨੇ ਪੈਸੇ? 50 ਰੁਪਏ। ਦਿਵਾਂਸ਼ ਦਾ ਘਰ ਕਦੋਂ ਪਹੁੰਚਾਂਗੇ? ਅਜੇ ਤਾਂ ਬੱਸ ਸਟੈਂਡ ਵੀ ਨਹੀਂ ਆਇਆ, ਪਤਾ ਨਹੀਂ ਅੱਗੇ ਕਿੰਨਾ ਟਾਈਮ ਹੋਰ ਲੱਗ ਜਾਣਾ। ਰੁਕਣਾ ਭਾਜੀ? ਹਾਂ, ਇੱਥੇ ਖੜ ਜਾ, ਖੜ ਜਾ, ਖੜ ਜਾ, ਖੜ ਜਾ। ਤੋ ਦਿਵਾਂਸ਼ ਦੀ ਕੁੰਡਲੀ ਦੇਖ ਰਹੇ ਨੇ ਪਰ ਕੁਛ ਬੋਲ ਨਹੀਂ ਰਹੇ, ਕਿਤੇ ਫੇਰ ਦਿਵਾਂਸ਼ ਤੇ ਕੋਈ ਖਤਰਾ ਤਾਂ ਨਹੀਂ ਮੰਡਰਾ ਰਿਹਾ? ਗੁਰੂ ਜੀ, ਸਭ ਠੀਕ ਤੇ ਹੈ ਨਾ? ਦੇਖ ਰਾਜਵੀਰ, ਮੈਂ ਦਿਵਾਂਸ਼ ਦੀ ਸਾਰੀ ਦਸ਼ਾ ਤਾਂ ਜਾਣ ਰਹੀ ਹਾਂ। ਦਿਵਾਂਸ਼ ਦੀ ਜ਼ਿੰਦਗੀ ਚ ਹਰ ਖਤਰੇ ਨੂੰ ਟਾਲਣ ਦਾ ਇੱਕੋ ਹੀ ਤੋੜ ਹੈ, ਉਹ ਹੈ ਦਿਵਾਂਸ਼ ਦਾ ਵਿਆਹ। ਕਿਉਂਕਿ ਦਿਵਾਂਸ਼ ਦੀ ਆਉਣ ਵਾਲੀ ਪਤਨੀ ਦਿਵਾਂਸ਼ ਤੇ ਆਉਣ ਵਾਲੀ ਹਰ ਮੁਸੀਬਤ ਦਾ ਮੁਕਾਬਲਾ ਕਰੇਗੀ ਤੇ ਉਹਦੇ ਵਾਸਤੇ ਰਕਸ਼ਾ ਕਵਚ ਬਣ ਕੇ ਆਏਗੀ। ਮੇਰੇ ਖਿਆਲ ਨਾਲ ਮੈਂ ਇਹਦੇ ਨਾਲ ਇਸ ਗੱਲ ਬਾਰੇ ਪਹਿਲਾਂ ਵੀ ਜ਼ਿਕਰ ਕੀਤਾ ਸੀ। ਜਿੱਦਣ ਦਿਵਾਂਸ਼ ਦੀ ਘਰਵਾਲੀ ਦੇ ਕਦਮ ਇਸ ਘਰ ਚ ਪੈਣਗੇ ਤੇ ਦਿਵਾਂਸ਼ ਤੇ ਆਉਣ ਵਾਲੀ ਹਰ ਮੁਸੀਬਤ ਦਿਵਾਂਸ਼ ਤੇ ਆਉਣ ਤੋਂ ਪਹਿਲਾਂ ਹੀ ਰੋਕ ਲਵੇਗੀ।
गल का ख्याल रखना, वो कोई ऐसी कुड़ी होनी चाहिए है जिदे ते मां नैना देवी की अपार कृपा हो। जेड़ी साफ सुथरे ते शुद्ध विचारां वाली होवे, जिदे कर्म बहुत चंगे हो, उदे चंगे कीते हुए कर्मा का फल दिवांश नूं मिले। ते जिस दिन वो दिवांश की जिंदगी च आ गई, उस दिन दिवांश दियां सारियां मुसीबतां अपने आप टलनियां शुरू हो जांदियां। सगना दिया पगड़ियां बनने की तैयारी कर ले, पोतरे दे व्याह दा दिन आ गया ही। दिवांश ते मडराण वाला सब तो वड्डा खतरा ता मैं ही हां, इस करके दिवांश दा रक्षा कवच बनन लई इस कुड़ी नूं पहले मेरे नाल मुकाबला करना पवेगा। गुरु जी ये खबर सुना के तुसी सारे खानदान दा दिल खुश कर दिता, तुसी देखना मैं अपने पोतरे दे व्याह किस तरह करांगा, दुनिया याद रखेगी। राजवीर मैनू ए व्याह ते किसे तरह की कोई कंजूसी नहीं चाहिए, हर चीज ए वन होनी चाहिए। अरे लोकां नूं पता लगूगा जगतपाल खुराना दे पोतरे दा व्याह किदां होया सी। हां हां सानू भी ते बड़ी बेसब्री नाल इंतजार है दिवांश दी वोटी दा। नाले अजी भी तो देखिए कि रीटा भरजाई जी अपने सब तो लाडले पुत्र दिवांश लई किवें दी नूं लैके आंदी है। जी तो करता है शगुन नूं भी दिवांश दे नाल ही यमराज कोल भेज देवा। हुण इन्हां सारिआं नूं मैं किवें दसां कि जिस व्याह दे तुसीं सुपने लै रहे हो ਉਹ ਤਾਂ ਕਦੋਂ ਦਾ ਹੋ ਕੇ ਟੁੱਟ ਵੀ ਗਿਆ। ਭਾਜੀ ਸਾਨੂੰ ਕਿੰਨਾ ਟਾਈਮ ਲੱਗੇਗਾ ਹੋਰ? ਬਸ 5 ਮਿੰਟ ਲੱਗਣੇ ਤੁਹਾਨੂੰ ਚੌਂਕ ਚ ਉਤਾਰ ਦਿੰਦਾ। ਭੈਣ ਜੀ ਤੁਸੀਂ ਇੱਕ ਕੰਮ ਕਰੋ, ਇੱਥੇ ਉਤਰ ਜਾਓ, 50-50 ਮਿੰਟ ਬਾਅਦ ਬੱਸਾਂ ਜਾਂਦੀਆਂ ਨੇ, ਤੁਹਾਨੂੰ ਇੱਥੋਂ ਬੱਸ ਮਿਲ ਜਾਣੀ ਹੈ। ਸ਼ੁਕਰੀਆ ਵੀਰ ਜੀ। ਮੇਰਾ ਬੈਗ। ਭੈਣ ਜੀ ਕੀ ਹੋ ਗਿਆ? ਭਾਈ ਸਾਹਿਬ ਮੈਂ ਆਪਣਾ ਬੈਗ ਇੱਥੇ ਰੱਖਿਆ ਸੀ, ਹੁਣ ਇੱਥੇ ਹੈ ਹੀ ਨਹੀਂ, ਪਤਾ ਨਹੀਂ ਕੌਣ ਲੈ ਗਿਆ ਬੈਗ। ਉਹ ਤੁਸੀਂ ਜਿਹੜਾ ਨਾਲ ਲੈ ਕੇ ਆਏ ਸੀ ਆਪਣੇ ਯਾਰ, ਹੁਣ ਇੱਥੇ 10 ਬੰਦੇ ਚੜ੍ਹਦੇ ਨੇ 10 ਬੰਦੇ ਉਤਰਦੇ ਨੇ, ਹੁਣ ਕੌਣ ਲੈ ਗਿਆ ਮੈਨੂੰ ਕੀ ਪਤਾ। ਉਹ ਚਲੋ ਕੋਈ ਨੀ, ਕੱਪੜੇ ਗਏ ਨੇ, ਪਰਸ ਤਾਂ ਹੈਗਾ ਨਾ ਤੁਹਾਡੇ ਕੋਲ? ਨਹੀਂ ਵੀਰ ਜੀ, ਮੇਰਾ ਪਰਸ ਵੀ ਬੈਗ ਦੇ ਵਿੱਚ ਹੀ ਸੀਗਾ, ਮੇਰੇ ਸਾਰੇ ਪੈਸੇ ਉਸੇ ਪਰਸ ਦੇ ਵਿੱਚ ਸੀਗੇ। ਤੁਹਾਨੂੰ ਪਤਾ ਨੀ ਚੋਰ ਕਿਤੇ ਨਾ ਕਿਤੇ ਨਿਕਲ ਗਿਆ ਹੋਣਾ। ਉਹ ਮੇਰੀ ਗੱਲ ਸੁਣੋ, ਹੁਣ ਤੁਸੀਂ ਘਰੇ ਜਾਓ, ਠੀਕ ਆ ਨਾ? ਹੁਣ ਐ ਤਾਂ ਕੁਛ ਪਤਾ ਵੀ ਨੀ ਲੱਗਣਾ ਇੱਥੇ ਤੁਹਾਨੂੰ, ਨਾਲੇ ਕੱਲੇ ਸਫ਼ਰ ਨਾ ਕਰਿਆ ਕਰੋ, ਅੱਜ ਕੱਲ ਦਾ ਮਾਹੌਲ ਖਰਾਬ ਹੈ, ਉਰੇ ਨਾਲੇ ਐਵੇਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਤੁਸੀਂ ਐ ਕਰੋ ਘਰ ਵਾਪਸ ਮੁੜ ਜਾਓ ਫਿਰ ਇੱਥੇ। ਸਮਝ ਨਹੀਂ ਆ ਰਿਹਾ ਹੁਣ ਮੈਂ ਦਿਵਾਂਸ਼ ਜੀ ਦੇ ਘਰ ਕਿਵੇਂ ਪਹੁੰਚਾਂਗੀ, ਮੇਰੇ ਕੋਲ ਤਾਂ ਇੱਕ ਵੀ ਪੈਸਾ ਨਹੀਂ ਹੈ। ਘਰ ਵਾਪਿਸ ਜਾਵਾਂ? ਨਹੀਂ ਨਹੀਂ, ਜੇ ਮੈਂ ਘਰ ਵਾਪਿਸ ਚਲੀ ਗਈ ਤਾਂ ਵਾਪਿਸ ਆਉਣਾ ਹੋਰ ਵੀ ਮੁਸ਼ਕਲ ਹੋ ਜਾਣਾ। ਤਦ ਨੂੰ ਦਿਵਾਂਸ਼ ਜੀ ਨੂੰ ਖੁਸ਼ ਹੋ ਗਿਆ ਮੈਂ। ਸਮਝ ਨਹੀਂ ਆ ਰਿਹਾ ਕੀ ਕਰਾਂ, ਮੈਨੂੰ ਲੱਗਦਾ ਹੈ ਮੈਨੂੰ ਘਰਦਿਆਂ ਨੂੰ ਦਿਵਾਂਸ਼ ਦੇ ਵਿਆਹ ਬਾਰੇ ਦੱਸ ਦੇਣਾ ਚਾਹੀਦਾ ਹੈ, ਤਾਂ ਕਿ ਇਹ ਸਾਰੇ ਜ਼ੋਰਾਂ ਸ਼ੋਰਾਂ ਨਾਲ ਦਿਵਾਂਸ਼ ਲਈ ਕੁੜੀ ਲੱਭਣੀ ਸ਼ੁਰੂ ਨਾ ਕਰ ਦੇਣ।
ਕਿੱਦਾਂ ਦੱਸਾਂ ਇਹਨਾਂ ਨੂੰ ਕਿ ਜਿਸ ਵਿਆਹ ਦੀ ਗੁਰੂ ਜੀ ਗੱਲ ਕਰ ਰਹੇ ਨੇ ਉਹ ਤਾਂ ਹੋ ਚੁੱਕਿਆ ਤੇ ਹੁਣ ਨੈਣ ਇਸ ਘਰ ਦੀ ਨੂੰਹ ਹੈ। ਭਰਾ ਜੀ, ਜੇ ਤੁਹਾਡੀ ਇਜਾਜ਼ਤ ਹੋਏ ਤਾਂ ਅੰਦਰ ਆ ਸਕਦੀ ਆ। ਵੈਸੇ ਇਸ ਘਰ ਚ ਲੋਕ ਮੈਨੂੰ ਘੱਟ ਹੀ ਬੁਲਾ ਕੇ ਰਾਜੀ ਨੇ, ਇਸ ਕਰਕੇ ਮੈਂ ਜਿੱਥੇ ਜਾਣਾ ਹੋਏ ਆਪਣੇ ਆਪ ਹੀ ਚੱਲ ਕੇ ਆ ਜਾਂਦੀ ਆ। ਉਹਨੂੰ ਭਰਾ ਜੀ ਕਿਸੇ ਨੂੰ ਨਜ਼ਰ ਆਏ ਯਾ ਨਾ ਆਏ, ਮੈਨੂੰ ਸਭ ਕੁਛ ਸਾਫ ਸਾਫ ਨਜ਼ਰ ਆ ਰਿਹਾ ਹੈ। ਤੂੰ ਕਿਸ ਬਾਰੇ ਗੱਲ ਕਰ ਰਹੀ ਹੈ ਸ਼ਗੁਨ? ਮੈਂ ਤੁਹਾਡੇ ਚਿਹਰੇ ਦੇ ਉੱਡੇ ਹੋਏ ਰੰਗ ਦੀ ਗੱਲ ਕਰ ਰਹੀ ਹਾਂ। ਜੇ ਨਹੀਂ ਯਕੀਨ ਤਾਂ ਆਪ ਹੀ ਦੇਖ ਲੋ ਸ਼ੀਸ਼ੇ ਚ। ਮੂੰਹ ਤੇ ਟੈਂਸ਼ਨ ਤੇ ਮੱਥੇ ਤੇ ਪਸੀਨਾ। ਨਹੀਂ ਨਹੀਂ ਮੈਂ ਠੀਕ ਹਾਂ। ਚਲੋ ਮਿੱਟੀ ਪਾਓ, ਮੈਨੂੰ ਤਾਂ ਬਸ ਹੁਣ ਦੀਵਾਨ ਦੇ ਵਿਆਹ ਦਾ ਇੰਤਜ਼ਾਰ ਹੈ। ਮੈਂ ਤਾਂ ਪਹਿਲਾਂ ਤੋਂ ਹੀ ਆਪਣੀ 3-4 ਪੇਟੀਆਂ ਵੱਖਰੀਆਂ ਰੱਖ ਲੈਣੀਆਂ ਨੇ। ਮੈਂ ਵੀ ਕਿੰਨੀ ਚੱਲੀ ਆ, ਵਿਆਹ ਚ ਸ਼ਰਾਬ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਸ਼ਬਾਬ, ਮੇਰਾ ਮਤਲਬ ਹੈ ਕੁੜੀ। ਦੀਵਾਨ ਲਈ ਕੁੜੀ ਵੀ ਤਾਂ ਲੱਭਣੀ ਪਏਗੀ ਉਹਦੇ ਵਿਆਹ ਲਈ। ਵੈਸੇ ਹੈ ਕੋਈ ਕੁੜੀ ਤੁਹਾਡੀ ਨਜ਼ਰ ਚ? ਮਾਤਾ ਰਾਣੀ, ਹੁਣ ਤੁਸੀਂ ਕੋਈ ਰਸਤਾ ਵਿਖਾਓ। ਉਸਤਾਦ ਜੀ, ਅਨੰਦਪੁਰ ਸਾਹਿਬ ਕਿੰਨਾ ਟਾਈਮ ਲੱਗੇਗਾ? ਲੈ ਬਈ, ਪਹਿਲਾਂ ਆਪਾਂ ਇੱਕ ਕੱਪ ਚਾਹ ਦਾ ਪੀਵਾਂਗੇ, ਫੇਰ ਹੀ ਗੱਡੀ ਅੱਗੇ ਚੱਲੂਗੀ। ਵੈਸੇ ਵੀ ਅਨੰਦਪੁਰ ਸਾਹਿਬ ਪਹੁੰਚਣ ਨੂੰ ਹਲੇ ਟਾਈਮ ਲੱਗ ਜਾਣਾ। ਜੇ ਅੱਗੇ ਚਾਹ ਦੀ ਦੁਕਾਨ ਨਾ ਲੱਭੀ ਫੇਰ? ਓਏ, ਉਹ ਤਾਂ ਠੀਕ ਆ ਉਸਤਾਦ ਜੀ, ਪਰ ਆਪਾਂ ਟਾਈਮ ਨਾਲ ਸਮਾਨ ਵੀ ਤਾਂ ਡਿਲੀਵਰ ਕਰਨਾ ਕਿ ਨਹੀਂ? ਜੇ ਹਰ ਇੱਕ 20 ਮਿੰਟ ਬਾਅਦ ਅਸੀਂ ਗੱਡੀ ਰੋਕ ਕੇ ਇੱਦਾਂ ਹੀ ਚਾਹ ਪੀਂਦੇ ਰਹੇ ਤਾਂ ਫੇਰ ਤਾਂ ਅਸੀਂ ਪਹੁੰਚ ਗਏ ਅਨੰਦਪੁਰ ਸਾਹਿਬ। ਕੋਈ ਨਾ, ਪਹੁੰਚ ਜਾਂਗੇ। ਓ ਬਾਬੇ, 2 ਕੱਪ ਚਾਹ ਦੇ ਬਣਾ ਦੇ ਗਰਮਾ ਗਰਮ, ਲੈ ਚੀਆਂ ਪਾਲੀ ਨਾਲੇ। ਅਨੰਦਪੁਰ ਸਾਹਿਬ ਦੀਵਾਨ ਜੀ ਦੇ ਘਰ ਦੇ ਕੋਲ ਹੀ ਹੈ। ਦੇਖ ਨੈਣ, ਜੇ ਤੂੰ ਬਿਨਾਂ ਪੈਸਿਆਂ ਤੋਂ ਦੀਵਾਨ ਜੀ ਦੇ ਘਰ ਤੱਕ ਪਹੁੰਚਣਾ ਚਾਹੁੰਦੀ ਆ ਨਾ, ਤੈਨੂੰ ਆਹੀ ਰਸਤਾ ਅਪਣਾਉਣਾ ਪੈਣਾ, ਤੇਰੇ ਕੋਲ ਇਹੀ ਮੌਕਾ ਹੈ। ਨੈਣ, ਛੇਤੀ ਛੇਤੀ ਸਟੈਂਪੂ ਚ ਪੈ ਜਾ, ਕਿਸੇ ਨੂੰ ਕੁਛ ਪਤਾ ਨਹੀਂ ਲੱਗਣਾ। ਛੋਟੋ, ਮੈਨੂੰ ਲੱਗਦਾ ਵੀ ਆਪਣੇ ਟੈਂਪੂ ਦੇ ਅੰਦਰ ਕੋਈ ਚੜਿਆ। ਉਸਤਾਦ ਜੀ, ਆਪਾਂ ਚਾਹ ਪੀਨੇ ਆ ਜਾਂ ਦਾਰੂ? ਹੁਣ ਤਾਂ ਅੱਖਾਂ ਖੋਲੋ, ਕੋਈ ਨਹੀਂ ਆ ਉੱਥੇ। ਮੈਂ ਕਹਿ ਰਿਹਾ ਨਾ, ਕੋਈ ਤਾਂ ਅੰਦਰ ਚੜਿਆ, ਚਲਾ ਵੇਖੀਏ। ਉਹ ਉਸਤਾਦ ਜੀ, ਤੁਸੀਂ ਖੁੱਲੀਆਂ ਅੱਖਾਂ ਨਾਲ ਸੁਪਨੇ ਲਈ ਜਾਂਦੇ ਹੋ, ਕੌਣ ਆ ਉੱਥੇ? ਤੂੰ ਇੱਥੇ ਰੁਕ, ਮੈਂ ਹੁਣੇ ਦੇਖਿਆ। ਪਹਿਲਾਂ ਚਾਹ ਪੀਂਦੀ ਜੇ, ਹੁਣ ਆਰਾਮ ਨਾਲ ਚਾਹ ਵੀ ਨਹੀਂ ਪੀਣ ਦਿੰਦੇ। ਹੈ ਕਮਲਾ ਨਾ ਹੋਵੇ, ਮੈਨੂੰ ਕਹਿੰਦਾ ਕੋਈ ਚੜਿਆ ਨੀ, ਮੈਂ ਆਪ ਵੇਖਿਆ ਚੜਦੇ ਨੇ। ਨੈਣਾ ਦੇਵੀ, ਕੁਛ ਕਰੋ, ਜੇ ਮੈਂ ਫੜੀ ਗਈ ਨਾ ਤਾਂ ਮੈਂ ਦੀਵਾਨ ਜੀ ਦੇ ਘਰ ਤੱਕ ਕਦੀ ਨਹੀਂ ਪਹੁੰਚ ਸਕਣਾ। ਉਹ ਉਸਤਾਦ ਜੀ, ਤੁਸੀਂ ਮੰਨੋ ਨਾ ਮੰਨੋ, ਤੁਸੀਂ ਨੀਂਦ ਚੋਂ, ਉਹ ਕੋਈ ਨਹੀਂ ਹੈ ਇੱਥੇ। ਕੋਈ ਨਾ ਕੋਈ ਤਾਂ ਜ਼ਰੂਰ ਚੜਿਆ, ਹੁਣੇ ਪਤਾ ਚੱਲ ਜਾਊ ਮੈਂ ਨੀਂਦ ਚ ਆ ਕੇ ਨਹੀਂ ਹੈ। ਏਦਾਂ ਕਿੱਦਾਂ ਹੋ ਸਕਦਾ, ਬਾਹਰ ਨਿਕਲਦੇ ਤਾਂ ਮੈਂ ਕਿਸੇ ਨੂੰ ਵੀ ਨਹੀਂ ਦੇਖਿਆ। ਉਹ ਉਸਤਾਦ ਜੀ, ਨਿਕਲੂਗਾ ਤਾਂ ਨਾ ਜੇ ਕੋਈ ਅੰਦਰ ਵੜਿਆ ਹੋਊਗਾ। ਉਹ ਤੁਸੀਂ ਐਵੇਂ ਟਾਈਮ ਨਾ ਵੇਸਟ ਕਰੋ, ਆਪਾਂ ਬੜੀ ਦੂਰ ਜਾਣਾ ਹੀ, ਚਲੋ ਚੱਲੀਏ ਜਲਦੀ। ਚੰਗਾ, ਹੁਣ ਤੋਂ ਬਹੁਤੀਆਂ ਗੱਲਾਂ ਨਾ ਬਣਾ, ਚੱਲ ਆ ਜਾ ਚੱਲੀਏ। ਚੱਲ ਹੁਣ ਤੋਂ ਬਹੁਤੀਆਂ ਗੱਲਾਂ ਨਾ ਮਾਰ, ਪੈਸੇ ਦੇਤੇ ਚੱਲੀਏ ਆਪਾਂ। ਸ਼ੁਕਰੀਆ ਨੈਣਾ ਦੇਵੀ, ਏਦਾਂ ਹੀ ਬਸ ਮੈਨੂੰ ਮੇਰੇ ਦੀਵਾਨ ਜੀ ਤੱਕ ਪਹੁੰਚਾ ਦਿਓ।